ਜਲੰਧਰ ਤੋਂ ਕਾਂਗਰਸ ਦੇ ਕੈਂਡੀਡੇਟ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਵੀ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ, ਸੁਣਦੇ ਹਾਂ। ਔਰ ਲੋਕ ਮੈਨੂੰ ਸਵੇਰ ਤੋਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਲੋਕ ਬਹੁਤ ਵੱਡੇ ਮਾਰਜਨ ਨਾਲ ਕਾਂਗਰਸ ਨੂੰ ਜਿਤਾ ਰਹੇ। ਚਲੋ ਸਰ, ਸੁਸ਼ੀਲ ਕੁਮਾਰ ਰਿੰਕੂ ਨੇ ਇੱਕ ਵੀਡੀਓ ਪਾਈ ਹੈ, ਤੁਸੀਂ ਵੀ ਪਾਇਆ ਕੀ ਸਰ, ਕੀ ਸਾਰਾ ਮਾਮਲਾ ਕੀ ਸੀਗਾ? ਸੁਸ਼ੀਲ ਕੁਮਾਰ ਰਿੰਕੂ ਔਰ ਬੀਜੇਪੀ, ਆਮ ਆਦਮੀ ਪਾਰਟੀ, ਇਹ ਇੱਕੋ ਥਾਲੀ ਦੇ ਚੱਟੇ ਵੱਟੇ ਹੈ ਔਰ ਝੂਠ ਦੇ ਉੱਪਰ ਗੱਲ ਖੜੀ ਕਰ ਰਹੇ ਹੈ। ਕੱਲ੍ਹ ਇਹਨਾਂ ਨੇ ਸੱਚਖੰਡ ਡੇਰਾ ਬੱਲਾਂ ਦੇ ਵੱਲੋਂ ਇੱਕ ਝੂਠੀ ਪੋਸਟ ਪਾਈ ਹੈ, ਜਿਹਦਾ ਡੇਰਾ ਬੱਲਾਂ ਨੇ ਖੰਡਨ ਕਰ ਦਿੱਤਾ ਹੈ ਔਰ ਰਿੰਕੂ ਦੇ ਮੂੰਹ 'ਤੇ ਉਲਟੀ ਚਪੇੜ ਵੱਜੀ ਹੈ। ਡੇਰਾ ਬੱਲਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਸਾਡਾ ਕੋਈ ਸਮਰਥਨ ਨਹੀਂ ਹੈ ਇਹਨਾਂ ਨੂੰ। ਇਸ ਲਈ ਮੈਂ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਓ। ਆਮ ਆਦਮੀ ਪਾਰਟੀ ਵਾਲੇ, ਮੇਰੀ ਅਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਆਪਣੇ ਵੱਲੋਂ ਝੂਠੀ ਬਣਾ ਕੇ ਪੇਸ਼ ਕਰ ਰਹੇ ਔਰ ਗਲਤ ਪ੍ਰਚਾਰ ਕਰ ਰਹੇ, ਕਿਸੇ ਤਰ੍ਹਾਂ ਦੇ ਗਲਤ ਪ੍ਰਚਾਰ ਚਾਉਣ ਦੀ ਲੋੜ ਨਹੀਂ। ਕਾਂਗਰਸ ਪਾਰਟੀ ਵੱਡੇ ਪੱਧਰ 'ਤੇ ਜਿੱਤ ਰਹੀ ਹੈ ਔਰ ਮੈਂ ਬੂਥਾਂ 'ਤੇ ਹਾਜ਼ਰ ਹੈ ਔਰ ਮੈਨੂੰ ਸਵੇਰ ਤੋਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ, ਲੋਕ ਬਹੁਤ ਖੁਸ਼ ਹੈ ਔਰ ਵੱਡੀ ਪੱਧਰ 'ਤੇ ਕਾਂਗਰਸ ਨੂੰ ਚੋਣ। ਕੈਮਰਾਮੈਨ ਅਸ਼ਵਨੀ ਦੇ ਨਾਲ ਪਰੇਸ਼ ਸ਼ਰਮਾ, ਜ਼ੀ ਮੀਡੀਆ, ਜਲੰਧਰ।